ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਬਿਨਾਂ ਅਰਥਾਂ ਤੋਂ ਪੜ੍ਹਨਾ ਹੈ, ਰਟਣਾ ਹੈ, ਉਹਦੇ ਨਾਲ ਬੰਦਾ ਵਿਦਿਆਰਥੀ ਪੰਡਿਤ ਬਣੇਗਾ। ਔਰ ਜਿਹੜਾ ਸ਼ਬਦਾਂ ਨੂੰ ਸਮਝਣਾ ਹੈ, ਬੁੱਝਣਾ ਹੈ, ਉਹ ਭਗਤ ਬਣੇਗਾ ਔਰ ਹਲਕਾ ਹੋਵੇਗਾ। ਉਹਨੂੰ ਯਾਦ ਰੱਖਣ ਦੀ ਲੋੜ ਨਹੀਂ ਹੈ। ਇਸ ਵਾਸਤੇ ਵੱਖ ਵੱਖ ਭਾਸ਼ਾਵਾਂ ਨੇ। ਹਰੇਕ ਭਾਸ਼ਾ ਦੇ ਵਿੱਚ ਜਿਹੜਾ ਪੜ੍ਹਾਉਣ ਦਾ ਤਰੀਕਾ ਹੈ ਉਹ ਸਿੱਧਾ ਹੀ ਹੈ। ਜਿਵੇਂ ਦੀ ਹੁਣ ਪੰਜਾਬੀ ਦੇ ਵਿੱਚ ਪੜ੍ਹਾਵੇ ਤਾਂ ਪੰਜਾਬੀ ਊੜੇ ਤੋਂ ਸ਼ੁਰੂ ਕਰਦੇ ਹੈ, ਔਰ ਇਹ ਸਾਰੀਆਂ ਭਾਸ਼ਾਵਾਂ ਦੇ ਵਿੱਚ 3000 ਦੇ ਕਰੀਬ ਭਾਸ਼ਾਵਾਂ ਨੇ। ਸਾਰੀਆਂ ਭਾਸ਼ਾਵਾਂ ਦੇ ਵਿੱਚ ਵਾਹਿਦ ਇੱਕ ਐਸੀ ਭਾਸ਼ਾ ਹੈ ਜਿਹੜੀ ਉਸ ਅੱਖਰ ਤੋਂ ਆਰੰਭ ਹੁੰਦੀ ਹੈ ਜਿਹਨੂੰ ਧਰਮ ਆਦਿ ਧੁਨ ਦਾ ਅੱਖਰ ਮੰਨਦਾ, ਓਅੰਕਾਰ ਦਾ। ਹੁਣ ਹਿੰਦੀ ਵੀ ਹੈ, ਸੰਸਕ੍ਰਿਤ ਵੀ ਹੈ। ਹਿੰਦੀ ਨੂੰ ਅਗਰ ਤੁਸੀਂ ਦੇਖੋਗੇ ਉਹ ਓਮ ਤੇ ਮੰਨਦੇ ਨੇ, ਪਰ ਪਹਿਲਾ ਜਿਹੜਾ ਅੱਖਰ ਹੈ ਉਹ ਕੱਕਾ ਮੰਨਦੇ ਨੇ। ਓਮ ਕਹਿੰਦੇ ਨੇ ਵੀ ਓਮ ਦੀ ਧੁਨ ਊੜੇ ਤੋਂ ਬਣਿਆ, ਸੰਸਾਰ ਓਮ ਤੋਂ ਬਣਿਆ, ਪਰ ਉਹ ਪਹਿਲਾ ਅੱਖਰ ਕੱਕਾ ਮੰਨਦੇ ਨੇ। ਜਿਹੜੇ ਪੰਜਾਬੀ ਹੈ, ਗੁਰਮੁਖੀ ਹੈ, ਉਹ ਊੜਾ ਮੰਨਦੀ ਹੈ। ਇਹ ਸਭ ਤੋਂ ਵਿਲੱਖਣਤਾਈ ਹੈ ਪੰਜਾਬੀ ਭਾਸ਼ਾ ਦੀ, ਗੁਰਮੁਖੀ ਦੀ, ਵੀ ਉਸ ਅੱਖਰ ਨੂੰ ਪਹਿਲਾਂ ਮੰਨਣਾ ਜਿਹਦੇ ਤੋਂ ਸਾਰੀ ਸ੍ਰਿਸ਼ਟੀ ਦਾ ਆਰੰਭ ਹੋਇਆ। ਫਿਰ ਉਹਨਾਂ ਦੇ ਜਿਹੜਾ ਪੜ੍ਹਾਉਣ ਦਾ ਵਖਰੇਵ ਹੈ, ਜਾਂ ਜਿਸ ਤਰ੍ਹਾਂ ਦੇ ਨਾਲ ਤੁਸੀਂ ਸਕੂਲਾਂ ਦੇ ਵਿੱਚ ਦੇਖਦੇ ਹੈ ਵੀ ਬੋਰਡ ਵੀ ਆਏ ਨੇ, ਸਮਾਰਟ ਕਲਾਸਿਸ ਵੀ ਆ ਗਈਆਂ ਨੇ, ਪਰ ਫਿਰ ਵੀ ਬੱਚੇ ਉਹਨਾਂ ਦੀ ਰੁਚੀ ਪੜ੍ਹਾਈ ਦੇ ਵਿੱਚ ਨਹੀਂ ਹੁੰਦੀ, ਥੋੜ੍ਹੇ ਬਹੁਤਿਆਂ ਨੂੰ ਛੱਡ ਕੇ। ਔਰ ਬੱਚਿਆਂ ਨੂੰ ਇਸ ਤਰ੍ਹਾਂ ਦੇ ਨਾਲ ਲੱਗਦਾ ਜਿਵੇਂ ਪੜ੍ਹਾਈ ਬੋਝ ਹੈ। ਅਸਲ ਦੇ ਵਿੱਚ ਉਹ ਪੜ੍ਹਾਉਣ ਵਾਲਿਆਂ ਦੇ ਬਹੁਤ ਗਹਿਰਾ ਨਾ ਪੜ੍ਹਾਉਣ ਦੇ ਕਰਕੇ ਹੈ। ਹੁਣ ਜਿਵੇਂ ਪੰਜਾਬੀ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਨੇ, ਉਹ ਗੁਰਮੁਖੀ ਦੇ ਪੜ੍ਹਾਉਂਦੇ ਨੇ ਊੜਾ ਉੱਠ, ਊਠ ਲਿਖਣਗੇ, ਫਿਰ ਉਹ ਇਸ ਤਰ੍ਹਾਂ ਦੇ ਨਾਲ ਆੜੇ ਤੋਂ ਪੜ੍ਹਾਉਣਗੇ, ਸਾਰੇ ਊੜੇ ਤੋਂ ਊੜੇ ਆੜੇ ਨੂੰ ਲੈ ਕੇ ਸਾਰੇ ਅੱਖਰਾਂ ਨੂੰ ਪੜ੍ਹਨਗੇ। ਹੁਣ ਉਹਨੂੰ ਸਮਝਾਉਂਦੇ ਨੇ ਵੀ ਊੜਾ ਉੱਠ, ਇਹ ਜੀ ਉੱਠ, ਪਰ ਹੁਣ ਜੇ ਬੱਚਾ ਸਵਾਲ ਕਰ ਦੇਵੇ ਵੀ ਉੱਠ ਦਾ ਕੀ ਅਰਥ ਹੈ, ਉੱਠ ਦੀ ਤੁਸੀਂ ਬਕਾਇਦਾ ਤਸਵੀਰ ਵੀ ਬਣਾ ਦਿਓਗੇ ਉਹਦੇ ਆਲੇ ਦੁਆਲੇ, ਔਰ ਉਹਨੂੰ ਸਮਝਾ ਵੀ ਦਿੱਤਾ, ਪਰ ਹੁਣ ਜੇ ਬੱਚਾ ਇਹ ਸਵਾਲ ਕਰ ਦੇਵੇ ਵੀ ਇਹਨੂੰ ਉੱਠ ਹੀ ਕਿਉਂ ਕਹਿੰਦੇ ਨੇ, ਫਿਰ ਅਧਿਆਪਕ ਦੇ ਕੋਲ ਕੋਈ ਇਹਦਾ ਜਵਾਬ ਨਹੀਂ ਮਿਲੇਗਾ ਵੀ ਉੱਠ ਕਿਉਂ ਕਹਿੰਦੇ ਨੇ ਇਸਨੂੰ। ਔਰ ਅਗਰ ਉਹਨੇ ਉੱਠ ਨਾ ਸਮਝਿਆ ਤਾਂ ਇਸ ਕੇਵਲ ਉਹਦੇ ਸਿਰ ਦੇ ਉੱਪਰ ਬੋਝ ਬਣ ਜਾਏਗਾ। ਉੱਠ ਅਗਰ ਜੇ ਅਧਿਆਪਕ ਸਤਿਗੁਰਾਂ ਦੇ ਤਰੀਕੇ 'ਤੇ ਚੱਲਣ ਵਾਲਾ ਹੋਇਆ, ਉਹ ਬੱਚਿਆਂ ਨੂੰ ਸਮਝਾਵੇਗਾ ਵੀ ਉੱਠ ਇਸ ਵਾਸਤੇ ਕਹਿੰਦੇ ਨੇ ਵੀ ਉਹਦੀ ਜਿਹੜੀ ਉੱਚੀ ਪੀਠ, ਇਹ ਜਿਹੜਾ ਜਾਨਵਰ ਹੈ ਇਹਦੀ ਜਿਹੜੀ ਪਿੱਠ ਹੈ ਉਹ ਬੜੀ ਉੱਚੀ ਹੈ, ਇਹਦੀ ਉੱਚੀ ਪਿੱਠ ਨੂੰ ਦੇਖ ਕੇ ਇਹਦਾ ਨਾਮ ਉੱਠ ਰੱਖਿਆ ਗਿਆ, ਤਾਂ ਇਹਨੂੰ ਉੱਠ ਕਹਿੰਦੇ ਨੇ ਵੀ ਇਹਦੀ ਜਿਹੜੀ ਪਿੱਠ ਹੈ ਬੜੀ ਉੱਚੀ ਹੈ।
ਤੁਹਾਡੇ ਵਿੱਚੋਂ ਬਹੁਤਿਆਂ ਨੇ ਪੰਜਾਬੀ ਗੁੱਤੇ ਸੁਣੀ ਹੈ, ਫਿਰ ਪੰਜਾਬੀ ਦੀਆਂ ਉਪਭਾਸ਼ਾਵਾਂ ਵੀ ਨੇ, ਜਿਵੇਂ ਮਲਵਈ ਹੈ, ਲਹਿੰਦੀ ਹੈ, ਦੁਆਬੀ ਹੈ, ਮਾਝੀ ਹੈ। ਇੱਕ ਪੰਜਾਬੀ ਦੀ ਭਾਸ਼ਾ ਉਪਭਾਸ਼ਾ ਪੋਠੋਹਾਰੀ। ਇਹ ਜਿਹੜੀ ਪੋਠੋਹਾਰੀ ਹੈ, ਇਹ ਰਾਵਲਪਿੰਡੀ ਪਾਕਿਸਤਾਨ ਦੇ ਇਲਾਕੇ ਦੇ ਵਿੱਚ ਬੋਲੀ ਜਾਂਦੀ ਹੈ। ਹੁਣ ਇਹ ਵੀ ਇੱਕ ਇਹਨੂੰ ਰੱਟਾ ਵੀ ਲਾਇਆ ਜਾ ਸਕਦਾ ਵੀ ਜੀ ਇੱਕ ਪੰਜਾਬੀ ਦੀ ਭਾਸ਼ਾ ਪੋਠੋਹਾਰੀ। ਇਹ ਪੋਠੋਹਾਰੀ ਉਸ ਇਲਾਕੇ ਨੂੰ ਇਸ ਵਾਸਤੇ ਕਹਿੰਦੇ ਨੇ ਵੀ ਉਹ ਜਿਹੜਾ ਇਲਾਕਾ ਹੈ, ਉਹਦੀ ਜਿਹੜੀ ਜ਼ਮੀਨ ਹੈ ਉਹ ਇਸ ਤਰ੍ਹਾਂ ਦੀ ਹੈ, ਜਿਵੇਂ ਦੀ ਉੱਠਦੀ ਪਿੱਠ ਹੁੰਦੀ ਹੈ, ਵਾਰੀ ਵਾਰੀ ਉੱਚੀ ਇਸ ਤਰ੍ਹਾਂ ਦੇ ਨਾਲ, ਤਾਂ ਕਰਕੇ ਉਸ ਇਲਾਕੇ ਨੂੰ ਪੋਠੋਹਾਰੀ ਕਹਿੰਦੇ ਨੇ। ਵੀ ਜਿਹੜੀ ਪਿੱਠ ਉੱਚੀ ਦੀ ਤਰ੍ਹਾਂ ਇਸ ਤਰ੍ਹਾਂ ਦੇ ਨਾਲ ਉਹ ਜ਼ਮੀਨ, ਇਸ ਕਰਕੇ ਉਸ ਇਲਾਕੇ ਨੂੰ ਪੋਠੋਹਾਰੀ ਕਹਿੰਦੇ ਨੇ। ਐਵੇਂ ਨਾਮ ਨਹੀਂ ਰੱਖਿਆ ਵੀ ਇਸ ਇਲਾਕੇ ਨੂੰ ਮਾਝਾ ਕਹਿ ਦਿਓ ਜਾਂ ਇਸ ਨੂੰ ਲਹਿੰਦੀ ਜਾਂ ਦੁਆਬੀ ਕਹਿ ਦਿਓ। ਉਹ ਦੁਆਬੀ ਇਸ ਕਰਕੇ ਹੈ ਵੀ ਦੋ ਆਬ ਨੇ, ਉਹ ਭਾਸ਼ਾ ਜਿਹੜੀ ਦੋ ਆਬਾਂ ਦੇ ਵਿੱਚ ਸਤਲੁਜ ਅਤੇ ਬਿਆਸ ਦੇ ਵਿਚਾਲੇ ਬੋਲੀ ਜਾਂਦੀ ਹੈ, ਤਾਂ ਉਹਨੂੰ ਦੁਆਬੀ ਕਹਿੰਦੇ ਨੇ। ਇੱਕ ਤਾਂ ਤਰੀਕਾ ਇਹ ਹੈ ਵੀ ਅਰਥਾਂ ਦੇ ਸਮੇਤ ਪੜ੍ਹਾਉਣਾ, ਇਹਦੇ ਵਿੱਚ ਬੱਚਾ ਭੁੱਲੇਗਾ ਨਹੀਂ, ਉਹਦੇ ਉੱਪਰ ਬੋਝ ਨਹੀਂ ਪਏਗਾ। ਜੇ ਇਕੱਲਾ ਹੀ ਉਹਨੂੰ ਉੱਠ ਪੜ੍ਹਾਇਆ ਫਿਰ ਤਾਂ ਉਹਦੇ ਸਿਰ ਦੇ ਉੱਪਰ ਬੋਝ ਪਵੇਗਾ ਹੀ ਪਵੇਗਾ। ਫਿਰ ਹੁਣ ਇਸ ਨੂੰ ਇੱਕ ਸਾਡੇ ਵਿੱਚ ਇਹ ਵੀ ਹੈ ਵੀ ਇਹ ਉੱਠ ਹਿੰਦੀ ਵਾਲਿਆਂ ਦਾ, ਉਹਨਾਂ ਨੂੰ ਲੱਗਦਾ ਕਈ ਜਿਹੜੇ ਬੜੇ ਸੁਹਿਰਦ ਹਿਰਦਿਆਂ ਵਾਲੇ ਨੇ ਉਹ ਕਹਿੰਦੇ ਨੇ ਵੀ ਬੋਤਾ ਆਖਦੇ ਨੇ ਵੀ ਜੀ ਪੰਜਾਬੀ ਵਾਲਿਆਂ ਦਾ ਤਾਂ ਬੋਤਾ ਹੁੰਦਾ। ਪਰ ਹੁਣ ਜੇ ਬੱਚਾ ਇਹਦੇ 'ਤੇ ਵੀ ਸਵਾਲ ਕਰ ਦੇਵੇ ਵੀ ਜਿਵੇਂ ਬੱਚਾ ਉਹਦੇ 'ਤੇ ਸਵਾਲ ਕਰ ਸਕਦਾ ਵੀ ਊੜਾ ਉੱਠ ਉੱਠ ਕਿਉਂ ਕਹਿੰਦੇ ਨੇ, ਅਤੇ ਫਿਰ ਜੇ ਤੁਸੀਂ ਆਖਦੇ ਹੋ ਵੀ ਬੋਤਾ ਹੁੰਦਾ ਪੰਜਾਬੀਆਂ ਦਾ, ਤਾਂ ਫਿਰ ਬੋਤੇ 'ਤੇ ਵੀ ਸਵਾਲ ਕਰ ਸਕਦਾ ਵੀ ਬੋਤਾ ਕਿਉਂ ਕਹਿੰਦੇ ਨੇ। ਬੋਤਾ ਫਾਰਸੀ ਦੇ ਮੁਗਲਾਂ ਦੇ ਆਉਣ ਦੇ ਕਰਕੇ ਨਾਮ ਪਿਆ, ਇਹ ਨਾਮ ਮੁਗਲਾਂ ਨੇ ਰੱਖਿਆ, ਫਾਰਸੀ ਲੋਕ ਅਰਬ ਵਾਲਿਆਂ ਨੇ ਰੱਖਿਆ। ਇਹ ਨਾਮ ਇਸ ਵਾਸਤੇ ਰੱਖਿਆ ਆਬ ਤੋਂ ਬਿਨਾਂ ਤੁਰਦਾ, ਆਬ ਤੋਂ ਬਿਨਾਂ ਤੁਰਦਾ। ਇਹ ਕਿਉਂਕਿ ਸਾਡੇ ਵਾਲਿਆਂ ਨੇ ਉਹਦੀ ਕਿਰਿਆ ਨੂੰ ਦੇਖਿਆ ਵੀ ਉਹਦੀ ਪਿੱਠ ਬੜੀ ਉੱਚੀ ਹੈ, ਮਾਰੂਥਲ ਦੇ ਵਿੱਚ ਪਾਣੀ ਦੀ ਬੜੀ ਘਾਟ ਸੀ ਅਰਬ ਦੇ ਇਲਾਕੇ ਦੇ ਵਿੱਚ, ਫਾਰਸੀ ਦੇ ਵਿੱਚ ਉਹ ਪਾਣੀ ਨੂੰ ਆਬ ਕਹਿੰਦੇ ਨੇ। ਪਰ ਇਹ ਉਹ ਜਾਨਵਰ ਹੈ ਜਿਹੜਾ ਇੱਕ ਵਾਰ ਪਾਣੀ ਪੀ ਲਵੇ ਉਹਨੂੰ ਕਈ ਦਿਨ ਪਾਣੀ ਪੀਣ ਦੀ ਲੋੜ ਨਹੀਂ ਰਹਿੰਦੀ, ਇਸ ਵਾਸਤੇ ਆਪ ਤੋਂ ਬਿਨਾਂ ਤੁਰਦਾ ਇਹਨੂੰ ਇਹਦਾ ਸੰਖੇਪ ਇਹ ਬਣਿਆ ਬੋਤਾ। ਐਵੇਂ ਨਾਮ ਨਹੀਂ ਰੱਖੇ, ਜੈਸਾ ਕਰੈ ਕਹਾਵੈ ਤੈਸਾ, ਐਸੀ ਬਣੀ ਜ਼ਰੂਰਤ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਵੀ ਜਿਸ ਤਰ੍ਹਾਂ ਦੇ ਨਾਲ ਕੋਈ ਕਰਦਾ ਉਹ ਉਸੇ ਤਰ੍ਹਾਂ ਦੇ ਨਾਲ ਉਹਨੂੰ ਕਹਾਉਂਦਾ ਕਹਿਆ ਜਾਂਦਾ। ਐਵੇਂ ਨਹੀਂ ਵੀ ਸੋਚ ਕੇ ਨਾਮ ਰੱਖ ਲਓ ਵੀ ਊੜਾ ਉੱਠ ਰੱਖ ਲਈਏ ਜਾਂ ਬੋਤਾ ਨਾਮ ਰੱਖ ਲਈਏ। ਬੋਤਾ ਇਸ ਵਾਸਤੇ ਰੱਖਿਆ ਵੀ ਆਪ ਤੋਂ ਬਿਨਾਂ ਤੁਰਦਾ,
ਪਾਣੀ ਦੀ ਬੜੀ ਘਾਟ ਹੈ, ਪਾਣੀ ਤਾਂ ਮਾਰੂਥਲ ਦੇ ਵਿੱਚ ਕਿਧਰੇ ਕਿਧਰੇ ਹੈ, ਖੁਸ਼ਕ ਇਲਾਕਾ ਹੈ ਅਰਬ ਦਾ। ਵੀ ਇਹ ਉਹ ਜਾਨਵਰ ਹੈ ਜਿਹੜਾ ਆਪ ਤੋਂ ਬਿਨਾਂ ਤੁਰਦਾ, ਇਹ ਨਾਮ ਉਹਨਾਂ ਦੇ ਕਰਕੇ ਆਇਆ। ਫਿਰ ਅੰਗਰੇਜ਼ ਆਏ, ਉਹਨਾਂ ਦੇ ਨਾਲ ਅੰਗਰੇਜ਼ੀ ਕਲਚਰ ਆਇਆ, ਅੰਗਰੇਜ਼ੀ ਭਾਸ਼ਾ ਆਈ, ਅੰਗਰੇਜ਼ੀ ਨਾਮ ਆਏ। ਉਹਨਾਂ ਨੇ ਨਾਮ ਰੱਖਿਆ ਕੈਮਲ, ਜਿਹੜੇ ਸਾਡੇ ਹੁਣ ਸਕੂਲ ਨੇ ਉਹਨਾਂ ਦੇ ਵਿੱਚ ਉਹ ਪੜ੍ਹਾਉਂਦੇ ਨੇ ਜੀ ਵੀ ਉੱਠ ਨੂੰ ਕੈਮਲ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ। ਹੁਣ ਜੇ ਬੱਚਾ ਗੁਰੂ ਨਾਨਕ ਸਾਹਿਬ ਵਰਗਾ ਹੋਵੇ ਤਾਂ ਉਹ ਸਵਾਲ ਕਰ ਦੇਵੇ ਵੀ ਕੈਮਲ ਕਿਉਂ ਕਹਿੰਦੇ ਨੇ। ਇਹਦਾ ਜਿਹੜਾ ਸਾਇੰਟਿਫਿਕ ਨਾਮ ਹੈ ਉਹ ਹੈ ਕੇਮ ਲਸ। ਤੁਸੀਂ ਅਗਰ ਨੈੱਟ 'ਤੇ ਸਰਚ ਮਾਰ ਕੇ ਦੇਖੋਗੇ ਇਹ ਨਿਕਲੇਗਾ ਕੇਮ ਲਸ। ਪਰ ਇਹਦੇ ਵਿੱਚ ਵੀ ਹਜੇ ਇਹਦੇ ਨਾਲ ਟੀ ਲਾਉਣੀ ਪੈਣੀ ਹੈ, ਇਹ ਵੀ ਸ਼ੋਰਟ ਹੈ। ਇਹ ਨਾਮ ਪੂਰਾ ਕੇਮ ਲਸਟ ਹੈ, ਕੈਮਲ ਕੈਮਲ ਕੇਮ ਲਸਟ। ਇਹਦੇ ਵਿੱਚ ਉਹਨਾਂ ਨੇ ਕੇਮ ਲੈ ਲਿਆ, ਲਸਟ ਦੀ ਐਲ ਲਾਈ, ਇਹ ਕੈਮਲ ਬਣਾਇਆ। ਕੇਮ ਕਹਿੰਦੇ ਨੇ ਆਏ ਨੂੰ। ਹੁਣ ਅਗਰ ਅਸੀਂ ਪੰਜਾਬੀ ਦੇ ਵਿੱਚ ਸਮਝੀਏ ਵੀ ਆਇਆ, ਫਿਰ ਲਸਟ ਕਹਿੰਦੇ ਨੇ ਇੱਛਾ ਨੂੰ। ਵੀ ਉਹਨਾਂ ਨੇ ਨਾਮ ਰੱਖਿਆ, ਇਹਦਾ ਪੰਜਾਬੀ ਨਾਮ ਬਣਦਾ ਇੱਛਾ ਆਇਆ। ਠੀਕ ਹੈ, ਉਹਦੀ ਪਿੱਠ ਬੜੀ ਉੱਚੀ ਹੈ ਤਾਂ ਕਰਕੇ ਨਾਮ ਉੱਠ ਪੈ ਗਿਆ। ਠੀਕ ਹੈ, ਉਹ ਪਾਣੀ ਤੋਂ ਬਿਨਾਂ ਤੁਰਦਾ, ਨਾਮ ਬੋਤਾ ਪੈ ਗਿਆ। ਪਰ ਉਹਦੇ ਅੰਦਰ ਯੂਰਪ ਵਾਲਿਆਂ ਨੇ ਦੇਖਿਆ ਵੀ ਉਹਦੇ ਅੰਦਰ ਇੱਛਾ ਵੀ ਹੈ, ਉਹ ਹੈਗੀ ਖਾਣ ਦੀ। ਉੱਥੇ ਬਾਰਿਸ਼ ਬੜੀ ਹੁੰਦੀ ਹੈ, ਹਰੇਵਾਈ ਬੜੀ ਹੈ, ਇੱਛਾ ਹੈਗੀ ਹੈ ਵੇਲਾਂ ਨੂੰ ਖਾਣ ਦੀ। ਉਹਦੇ ਅੰਦਰ ਕਿਉਂਕਿ ਉੱਚਾ ਜਾਨਵਰ ਹੈ, ਵੇਲਾਂ ਜਿਵੇਂ ਦੀ ਕੋਈ ਲਗਾਈਆਂ ਨੇ ਘਰਾਂ ਦੇ ਬਾਹਰ, ਹੋਰ ਉੱਚੀਆਂ ਵੇਲਾਂ ਨੇ, ਉਹਨੂੰ ਖਾਣੀਆਂ ਆਸਾਨ ਹੁੰਦੀਆਂ ਨੇ। ਜੈਸੇ ਕਰ ਹਲ ਬੇਲ ਰਜਾਈ, ਇਹਦਾ ਜ਼ਿਕਰ ਗੁਰਬਾਣੀ ਦੇ ਵਿੱਚ ਭਗਤ ਵਾਰ ਵਾਰ ਕਰਦੇ ਨੇ, ਭਗਤ ਨਾਮਦੇਵ ਜੀ ਕਰਦੇ ਨੇ। ਨਾਮ ਰੂੜੋ ਵੀ ਜਿਵੇਂ ਦੀ, ਜੈਸੇ ਕਰ ਹਲ ਬੇਲ ਬਾਲਹਾ, ਜੈਸੇ ਕਰ ਹਲ ਬੇਲ ਰਜਾਈ, ਜਿਵੇਂ ਦੀ ਕਰ ਹਲ ਉਹਨੂੰ ਵੇਲਾਂ ਖਾਣ ਦੀ ਇੱਛਾ ਹੁੰਦੀ ਹੈ, ਇਸ ਤਰ੍ਹਾਂ ਦੇ ਨਾਲ ਜਿਹੜਾ ਕੈਮਲ ਹੈ ਇਹ ਇੱਛਾ ਦੇ ਕਰਕੇ ਬਣਿਆ ਨਾਮ ਉਹਦਾ, ਵੀ ਉਹਦੇ ਅੰਦਰ ਖਾਣ ਦੀ ਇੱਛਾ ਹੈ। ਹੁਣ ਇੱਕੋ ਜਾਨਵਰ ਹੈ, ਉਹਦੇ ਤਿੰਨ ਨਾਮ ਨੇ, ਤਿੰਨੇ ਨਾਮ ਅਲੱਗ ਅਲੱਗ ਕਿਰਿਆਵਾਂ ਦੇ ਕਰਕੇ ਨੇ। ਇਹਨੂੰ ਬੱਚੇ ਨੂੰ ਰੱਟੇ ਵੀ ਮਰਵਾਏ ਜਾ ਸਕਦੇ ਨੇ। ਇਹ ਅਗਰ ਰੱਟੇ ਮਰਵਾਏ, ਪੜ੍ਹਾਉਣ ਵਾਲਾ ਵੀ ਪੰਡਿਤ ਹੋਵੇਗਾ, ਇਕੱਲੇ ਦਿਮਾਗ ਤੋਂ ਪੜ੍ਹਾ ਰਿਹਾ ਹੋਵੇਗਾ, ਉਹਦੇ ਸਿਰ ਦੇ ਉੱਪਰ ਉਹਨੇ ਬੋਝ ਚੁੱਕਿਆ ਬੱਚਿਆਂ ਦੇ ਪਾ ਰਿਹਾ, ਅਤੇ ਬੱਚਿਆਂ ਦੇ ਉੱਪਰ ਵੀ ਬੋਝ ਪਵੇਗਾ। ਪਰ ਅਗਲ ਸਮਝਾ ਕੇ ਪੜ੍ਹਾਇਆ, ਇਹਦੇ ਨਾਲ ਬੱਚਾ ਹਲਕਾ ਹੋਵੇਗਾ। ਔਰ ਅਗਰ ਰੱਟਾ ਲਾ ਕੇ ਪੜ੍ਹਾਇਆ ਤਾਂ ਉਹਦੇ ਅੰਦਰ ਹੰਕਾਰ ਪੈਦਾ ਹੋਵੇਗਾ, ਸੁਭਾਵਕ ਹੈ, ਉਹਨੂੰ ਐਂ ਵੀ ਮੈਂ ਜਾਣ ਗਿਆ ਜੀ। ਫਾਰਸੀ 'ਚ ਬੋਤਾ ਕਹਿੰਦੇ ਨੇ, ਸੰਸਕ੍ਰਿਤ ਵਾਲੇ ਹਿੰਦੀ ਵਾਲੇ ਉੱਠ ਕਹਿੰਦੇ ਨੇ, ਇੰਗਲਿਸ਼ ਵਾਲੇ ਕੈਮਲ ਕਹਿੰਦੇ ਨੇ, ਮੈਂ ਤਾਂ ਜੀ ਤਿੰਨ ਭਾਸ਼ਾਵਾਂ ਨੂੰ ਜਾਣਦਾ। ਅਤੇ ਜੇ ਉਹਨੂੰ ਸਮਝਾ ਕੇ ਪੜ੍ਹਾਇਆ
ਔਰ ਹੋ ਜੇ ਇਕੱਲਾ ਰੱਟਾ ਲਾ ਕੇ ਪੜ੍ਹਾਇਆ, ਪੜ੍ਹਿਆ ਮੂਰਖ ਆਖੀਏ ਜਿੱਤ ਲੱਭ ਲੋਭ ਅਹੰਕਾਰ ਆ। ਹੰਕਾਰ ਪੈਦਾ ਹੋਣਾ ਸੁਭਾਵਿਕ ਹੈ ਉਹਦੇ ਅੰਦਰ, ਵੀ ਮੈਂ ਤਾਂ ਬੜਾ ਪੜ੍ਹਿਆ ਲਿਖਿਆ, ਮੈਨੂੰ ਤਾਂ ਤਿੰਨ ਇੱਕੋ ਜਾਨਵਰ ਦੇ ਤਿੰਨ ਭਾਸ਼ਾਵਾਂ ਦਾ ਪਤਾ, ਤਿੰਨ ਨਾਮਾਂ ਦਾ ਪਤਾ। ਅਤੇ ਜੇ ਉਹਨੂੰ ਸਮਝਾ ਕੇ ਪੜ੍ਹਾਇਆ, ਇੱਕ ਤਾਂ ਹਲਕਾ ਹੋਵੇਗਾ, ਦੂਜਾ ਨਿਰਹੰਕਾਰੀ ਹੋਵੇਗਾ। ਤਿੰਨ ਨਾਮਾਂ ਦੇ ਨਾਲ ਵੀ ਉਹ ਸਿਰਫ ਇਹ ਦੇਖੇਗਾ ਵੀ ਠੀਕ ਹੈ, ਮੈਂ ਜਾਣਦਾ ਤਾਂ ਹੈਗਾ ਇੱਕੋ ਜਾਨਵਰ ਦੇ ਤਿੰਨ ਨਾਮਾਂ ਨੂੰ, ਪਰ ਫਿਰ ਵੀ ਮੈਂ ਜਾਨਵਰ ਦੇ ਬਾਰੇ ਪੂਰਾ ਨਹੀਂ ਜਾਣਦਾ, ਥੋੜ੍ਹਾ ਹੀ ਜਾਣਦਾ। ਬਸ ਮੈਂ ਪਿੱਠ ਨੂੰ ਜਾਣਦਾ, ਜਾਂ ਫਿਰ ਮੈਂ ਬਿਨਾਂ ਪਾਣੀ ਤੋਂ ਤੁਰਦਾ ਇਹ ਜਾਣਦਾ, ਜਾਂ ਫਿਰ ਮੈਂ ਉਹਦੇ ਅੰਦਰ ਇੱਛਾ ਕਿਹੜੀ ਹੈ ਇਹ ਜਾਣਦਾ। ਹੋਰ ਵੀ ਉਹਦੇ ਅੰਦਰ ਅਨੰਤ ਚੀਜ਼ਾਂ ਹੋ ਸਕਦੀਆਂ ਨੇ, ਹੈਗੀਆਂ ਨੇ। ਨਿੱਕੀ ਜਿਹੀ ਚੀਜ਼ ਦਾ ਵੀ ਪੂਰਾ ਭੇਦ ਨਹੀਂ ਪਾਇਆ ਜਾ ਸਕਦਾ। ਇਸ ਤਰ੍ਹਾਂ ਦੇ ਨਾਲ ਇਕੱਲਾ ਇਸੇ ਸ਼ਬਦ ਦਾ ਹੀ ਨਹੀਂ ਹੈ, ਹਰੇਕ ਸ਼ਬਦ। ਔਰ ਇਹਦੇ ਵਾਸਤੇ ਬੱਚੇ ਨੂੰ ਕੋਈ ਇਹ ਵੀ ਨਹੀਂ ਹੈ ਕਿ ਉਹਦੇ ਕੋਲ ਭੁੱਲੇਗਾ ਵੀ ਨਹੀਂ ਜ਼ਿੰਦਗੀ ਦੇ ਵਿੱਚ, ਜੇ ਇਸ ਤਰ੍ਹਾਂ ਦੇ ਨਾਲ ਪੜ੍ਹਾਇਆ ਜਾਏ। ਰੱਟਾ ਲਾ ਕੇ ਪੜ੍ਹਾਏ ਹੋਏ ਸ਼ਬਦ ਬੋਝ ਬਣ ਜਾਂਦੇ ਨੇ, ਸਮਝਾ ਕੇ ਪੜ੍ਹਾਏ ਹੋਏ ਸ਼ਬਦ ਜ਼ਿੰਦਗੀ ਦੇ ਵਿੱਚ ਨਹੀਂ ਭੁੱਲਦਾ, ਹਲਕੇ ਬਣਦੇ ਨੇ, ਨਿਰਹੰਕਾਰੀ ਬਣਾਉਂਦੇ ਨੇ। ਜੈਸੇ ਹੁਣ ਉਹਨੂੰ ਤੁਸੀਂ ਬਿੱਲੀ ਬਾਰੇ ਵੀ ਪੜ੍ਹਾਇਆ, ਆਮ ਹੀ ਜਾਨਵਰ ਹੈ ਬਿੱਲੀ, ਇੰਗਲਿਸ਼ ਦੇ ਵਿੱਚ ਇਹਨੂੰ ਕੈਟ ਵੀ ਕਹਿੰਦੇ ਨੇ। ਔਰ ਗੁਰਬਾਣੀ ਦੇ ਵਿੱਚ ਜਿਹੜਾ ਸ਼ਬਦ ਹੈ ਉਹ ਬਿੱਲੀ ਨਹੀਂ ਹੈ, ਉਹ ਹੈਗੀ ਬਿਲਾਈ, ਉਹ ਸ਼ਬਦ ਹੈ ਬਿਲਾਈ। ਬਿੱਲੀ ਨੂੰ ਬਿਲਾਈ, ਬਿੱਲੀ ਬਿਲਾਈ ਦਾ ਸੰਖੇਪ ਹੈ, ਵੀ ਇੱਥੇ ਆਪਾਂ ਜੇ ਸਿਹਾਰੀ ਲਾ ਦਈਏ, ਆਹ ਦੋ ਚੀਜ਼ ਕੱਟ ਦਈਏ ਕੰਨਾਂ ਤੇ ਈੜੀ, ਫਿਰ ਬਿੱਲੀ ਬਣ ਜਾਂਦਾ। ਇਹ ਸ਼ਬਦ ਦੇ ਅਰਥ ਬਿੱਲੀ ਸੰਖੇਪ ਹੈ ਬਿਲਾਈ ਦਾ, ਔਰ ਇਹ ਸ਼ਬਦ ਦੇ ਅਰਥ ਨੇ ਬਿਨਾਂ ਅਲਾਈ। ਇਹ ਸ਼ਬਦ ਬਣਿਆ ਦੋ ਸ਼ਬਦਾਂ ਦੇ ਜੋੜ ਤੋਂ, ਬਿਨਾਂ ਅਲਾਈ, ਇਹਨੂੰ ਜੇ ਜੋੜੀਏ ਇਹ ਬਣਦਾ ਬਿਲਾਈ। ਇਹ ਨਾਮ ਐਵੇਂ ਨਹੀਂ ਰੱਖਿਆ ਵੀ ਚਲੋ ਇਹਨੂੰ ਆਪਾਂ ਜੀ, ਜਾਂ ਬੰਦੇ ਪੁਰਾਣੇ ਸਮਿਆਂ ਦੇ ਵਿੱਚ ਇਕੱਠੇ ਹੋ ਕੇ ਬੈਠੇ ਹੋਣ ਵੀ ਚਲੋ ਆਪਾਂ ਜਾਨਵਰਾਂ ਦੇ ਨਾਮ ਰੱਖਣੇ ਆ, ਨਾਮ ਰੱਖ ਲਈਏ, ਜਿਵੇਂ ਦੀ ਮਾਂ ਬਾਪ ਰੱਖਦੇ ਨੇ ਵੀ ਬੱਚਾ ਜੰਮਿਆ ਚਲੋ ਨਾਮ ਰੱਖ ਲਈਏ, ਵੀ ਚਲੋ ਆਪਾਂ ਆਲੇ ਦੁਆਲੇ ਜਾਨਵਰਾਂ ਦੇ ਨਾਮ ਰੱਖ ਲਈਏ। ਉਹਦੀ ਕਿਰਿਆ ਨੂੰ ਦੇਖਿਆ ਵੀ ਇਹ ਐਸਾ ਜਾਨਵਰ ਹੈ ਜਿਹੜਾ ਆਵਾਜ਼ ਹੀ ਨਹੀਂ ਕਰਦਾ। ਤੁਸੀਂ ਬਹੁਤ ਘੱਟ ਬਿੱਲ ਲੜਦੀਆਂ ਹੋਣ, ਆਵਾਜ਼ ਤਾਂ ਆਉਂਦੀ ਹੈ ਬਿੱਲੀਆਂ ਦੀ ਲੜਦੀਆਂ ਦੀ, ਤੁਰੀ ਫਿਰਦੀਆਂ ਜਦੋਂ ਇਹਨਾਂ ਨੂੰ, ਜਦੋਂ ਇਹਨੂੰ ਭੁੱਖ ਲੱਗੀ ਹੋਵੇ ਉਦੋਂ ਇਹ ਆਵਾਜ਼ ਨਹੀਂ ਕਰਦੀ। ਬਿਨਾਂ ਅਲਾਈ, ਅਲਾਈ ਕਹਿੰਦੇ ਨੇ ਆਵਾਜ਼ ਕਰਨ ਨੂੰ, ਅਲਾਉਣ ਨੂੰ, ਬੋਲਣ ਨੂੰ, ਇਹ ਬਿਨਾਂ ਆਵਾਜ਼ ਕੀਤਿਆਂ ਤੁਰਦੀ ਹੈ, ਇਸ ਕਰਕੇ ਇਹਦਾ ਨਾਮ ਰੱਖਿਆ ਬਿਲਾਈ, ਬਿਨਾਂ ਅਲਾਈ। ਕਹਾਣੀ ਵੀ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਵੀ, ਇਹ ਤੁਸੀਂ ਸੁਣੀ ਹੋਣੀ ਹੈ, ਵੀ ਚੂਹਿਆਂ ਨੇ ਕੇਰਾਂ ਇਕੱਠਿਆਂ ਹੋ ਕੇ ਮਤਾ ਪਕਾਇਆ, ਮੀਟਿੰਗ ਕੀਤੀ, ਸਮੱਸਿਆਵਾਂ ਹੁੰਦੀਆਂ ਨੇ ਮਨੁੱਖਾਂ ਦੀਆਂ ਜਾਨਵਰਾਂ ਦੀਆਂ, ਉਹ ਸਾਰੇ ਕਹਿੰਦੇ ਵੀ ਇੱਕੋ ਹੀ ਇੱਕ ਸਮੱਸਿਆ ਵੀ ਬਿੱਲੀ ਜਦੋਂ ਆਉਂਦੀ ਹੈ ਆਪਾਂ ਨੂੰ ਫੜ ਕੇ ਲੈ ਜਾਂਦੀ ਹੈ, ਖਾ ਜਾਂਦੀ ਹੈ, ਪਤਾ ਹੀ ਨਹੀਂ ਚੱਲਦਾ ਵੀ ਜੇ ਕਿਧਰੇ ਬਿੱਲੀ ਦੇ ਗਲ ਦੇ ਵਿੱਚ ਟੱਲੀ ਪਾ ਦਈਏ ਆਪਾਂ ਵੀ ਕੰਮ ਸੌਖਾ ਹੋ ਜਾਊਗਾ, ਉਹ ਜਦੋਂ ਆਇਆ ਕਰੂਗੀ ਅਤੇ ਸਾਨੂੰ ਆਵਾਜ਼ ਤੋਂ ਪਤਾ ਲੱਗ ਜਾਇਆ ਕਰੂਗਾ, ਸਾਨੂੰ ਪਤਾ ਨਹੀਂ ਲੱਗਦਾ ਅਸੀਂ ਫੜੇ ਤਾਂ ਜਾਂਦੇ ਹਾਂ, ਵੀ ਜੇ ਉਹਦੇ ਗਲ ਦੇ ਵਿੱਚ ਟੱਲੀ ਪੈ ਜੇ ਤਾਂ ਸਾਨੂੰ
ਤਾਂ ਸਮੱਸਿਆ ਹੀ ਹੱਲ ਹੋ ਜੂਗੀ। ਅਸੀਂ ਖੇਡ ਰਹੇ ਹੁੰਦੇ ਹਾਂ, ਹੋਰ ਕੁਝ ਕਰ ਰਹੇ ਹੁੰਦੇ, ਇੱਕਦਮ ਸਿਰ ਤੋਂ ਫੜ ਕੇ ਖਾ ਜਾਂਦੀ ਹੈ। ਫਿਰ ਉਹਨਾਂ ਨੇ ਸਲਾਹ ਕੀਤੀ, ਮਤਾ ਪਕਾਇਆ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਹੈ, ਮਤਾ ਪਕਾਇਆ ਚੂਹਿਆਂ ਗਲ ਬਿੱਲੀ ਟੱਲੀ ਪਾਈ ਹੈ, ਵੀ ਬਿੱਲੀ ਦੇ ਗਲ ਦੇ ਵਿੱਚ ਟੱਲੀ ਪਾਓ, ਪਤਾ ਚੱਲ ਜਾਏ। ਕਿਉਂ? ਕਿਉਂਕਿ ਇਹ ਆਵਾਜ਼ ਨਹੀਂ ਕਰਦੀ। ਮੌਤ ਨੂੰ ਵੀ ਗੁਰਬਾਣੀ ਬਿੱਲੀ ਦੇ ਨਾਲ ਤੁਲਨਾ ਦਿੰਦੀ ਹੈ। ਤੁਸੀਂ ਕਈ ਸ਼ਬਦ ਪੜ੍ਹੋਗੇ, ਮਾਣਸ ਵਪਰਾ ਮੂਸਾ ਕੀਨੂੰ ਮੀਚ ਬਲਈਆ ਖਈ ਹੈ ਰੇ, ਵੀ ਜਿਹੜਾ ਮਨੁੱਖ ਹੈ ਉਹ ਚੂਹੇ ਦੀ ਤਰ੍ਹਾਂ ਅਤੇ ਮੌਤ ਬਿੱਲੀ ਦੀ ਤਰ੍ਹਾਂ। ਮੌਤ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਵਾਪਰਦੀ ਹੈ, ਪਰ ਬਿਨਾਂ ਆਵਾਜ਼ ਕੀਤਿਆਂ ਇੱਕਦਮ ਹੀ ਆ ਕੇ ਪਕੜਦੀ ਹੈ, ਕੋਈ ਆਵਾਜ਼ ਤਾਂ ਕਰਦੀ ਨਹੀਂ ਹੈ। ਬਿੱਲੀ ਨਾਮ ਉਹ ਬਣਿਆ ਬਿਲਾਈ ਤੋਂ, ਬਿਲਾਈ ਸ਼ਬਦ ਦੇ ਅਰਥ ਨੇ ਬਿਨਾਂ ਅਲਾਈ, ਬਿਨਾਂ ਆਵਾਜ਼ ਕਰਨ ਵਾਲੀ। ਇਹ ਆਵਾਜ਼ ਨਹੀਂ ਕਰਦੀ ਜਦੋਂ ਇਹਨੂੰ ਭੁੱਖ ਲੱਗੀ ਹੁੰਦੀ। ਹੁਣ ਜਿਹੜਾ ਅੰਗਰੇਜ਼ਾਂ ਨੇ ਨਾਮ ਰੱਖਿਆ ਕੈਟ, ਹੁਣ ਜਿਵੇਂ ਦੀ ਸਕੂਲਾਂ ਦੇ ਵਿੱਚ ਪੜ੍ਹਾ ਰਹੇ ਹੁੰਦੇ ਨੇ ਬੰਦੇ, ਵੀ ਕੈਟ ਮੈਣੇ ਬਿੱਲੀ ਮੈਣੇ, ਕੈਟ ਮੈਣੇ ਬਿੱਲੀ, ਇਹ ਤਰੀਕਾ ਮਹਾਂ ਗਲਤ ਤਰੀਕਾ ਹੈ। ਕੈਟ ਮੈਣੇ ਬਿੱਲੀ ਨਹੀਂ ਹੈ, ਬਿੱਲੀ ਦੇ ਸ਼ਬਦ 'ਤੇ ਬਿਨਾਂ ਅਲਾਈ ਹੈ। ਕੈਟ ਦੇ ਅਰਥ ਨੇ ਕੈਚ, ਇਹ ਨਾਮ ਵੀ ਐਵੇਂ ਨਹੀਂ ਰੱਖਿਆ ਉਹਨਾਂ ਨੇ। ਸਾਡੇ ਵਾਲਿਆਂ ਨੇ ਦੇਖਿਆ ਵੀ ਬਿਨਾਂ ਆਵਾਜ਼ ਕੀਤੇ ਆਉਂਦੀ ਹੈ, ਉਹਨਾਂ ਨੇ ਦੇਖਿਆ ਵੀ ਕੈਟ ਇਹ ਕੈਚ ਕਰਦੀ ਹੈ, ਫੜਦੀ ਹੈ, ਚੂਹਿਆਂ ਨੂੰ ਫੜਦੀ ਹੈ, ਤਾਂ ਨਾਮ ਉਹਨਾਂ ਨੇ ਕੈਟ ਰੱਖਿਆ। ਬੱਚਿਆਂ ਨੂੰ ਪੜ੍ਹਾਉਣ ਦਾ ਇਹ ਤਰੀਕਾ ਵੀ ਹਰੇਕ ਸ਼ਬਦ ਦੇ ਉਹਨਾਂ ਨੂੰ ਅਰਥ ਪੜ੍ਹਾਏ ਜਾਣ। ਉਹਨਾਂ ਨੂੰ ਕਾਪੀਆਂ ਦੀ ਵੀ ਇੰਨੀ ਲੋੜ ਨਹੀਂ ਹੈ, ਅਗਰ ਵਿਸਥਾਰ ਦੇ ਨਾਲ ਪੜ੍ਹਾਇਆ ਜਾਏ, ਬੱਚੇ ਦੇ ਹਿਰਦੇ ਦੇ ਉੱਪਰ ਲਿਖਿਆ ਜਾਏਗਾ, ਹਲਕਾ ਹੋਵੇਗਾ, ਬਿਨਾਂ ਬਸ ਇਕੱਲਾ ਆਹ ਇਹਦਾ ਨਾਮ ਹੈ, ਆਹ ਇਹ ਹੈ, ਅਧਿਆਪਕ ਬੋਲ ਬੋਲ ਕੇ ਬੱਚਿਆਂ ਦੇ ਸਿਰਾਂ ਦੇ ਉੱਪਰ ਬੋਝ ਪਾ ਰਹੇ ਹੁੰਦੇ ਨੇ। ਕੁਝ ਤਾਂ ਵਿਚਾਰੇ ਛੱਡ ਜਾਂਦੇ ਨੇ ਪੜ੍ਹਾਈਆਂ, ਕੁਝ ਆਤਮ ਹੱਤਿਆ ਕਰ ਲੈਂਦੇ ਨੇ, ਕੁਝ ਲੱਗੇ ਰਹਿੰਦੇ ਨੇ ਜੀ ਤੋੜ ਮਿਹਨਤ ਕਰਕੇ, ਫਿਰ ਉਹ ਕਿਧਰੇ ਪਹੁੰਚਦੇ ਨੇ। ਹਲਕੇ ਫੁਲਕੇ ਬੱਚੇ ਖੁਸ਼, ਸਕੂਲਾਂ ਦੀ ਤਰਫ ਜਾਣ ਵਾਲੇ ਡਰ ਕੇ ਡੰਡਿਆਂ ਦੇ ਨਾਲ ਪੜ੍ਹਾਏ ਹੋਏ ਤੁਹਾਨੂੰ ਬੱਚੇ ਮਿਲਣਗੇ, ਬੋਝਲ ਬੱਚੇ ਮਿਲਦੇ ਹੈ, ਹਲਕੇ ਫੁਲਕੇ ਬੱਚੇ ਬਹੁਤ ਘੱਟ ਮਿਲਦੇ, ਕਿਉਂਕਿ ਸਾਡਾ ਜਿਹੜਾ ਸਿਸਟਮ ਹੈ ਪੜ੍ਹਾਈ ਦਾ ਉਹ ਇਸੇ ਤਰ੍ਹਾਂ ਦਾ, ਬਿਨਾਂ ਅਰਥਾਂ ਨੂੰ ਸਮਝਾਇਆ। ਅਤੇ ਗੁਰੂ ਸਾਹਿਬ ਉੱਤੇ ਅੱਖਰਾਂ ਦੇ ਵੀ ਅਰਥ ਕਰਦੇ ਨੇ। ਹੁਣ ਸਾਡੇ ਵਾਲਿਆਂ ਨੇ ਇੱਕ ਨਵਾਂ ਸਿਸਟਮ ਬਣਾਇਆ ਵੀ ਇੰਗਲਿਸ਼ ਪੜ੍ਹਾਓ, ਸਾਰੇ ਸਕੂਲ CBSE ICSE ਇੰਗਲਿਸ਼ ਮੀਡੀਅਮ। ਹੋਰ ਜੇ ਵਿਚਾਰੇ ਨੂੰ ਇੰਗਲਿਸ਼ ਨਾ ਆਉਂਦੀ ਹੋਵੇ ਤਾਂ ਉਹਨੂੰ ਮੂਰਖ ਹੀ ਸਮਝਿਆ ਜਾਂਦਾ, ਅੱਜ ਦੇ ਟਾਈਮ ਦੇ ਵਿੱਚ ਵੀ ਇਹ ਤਾਂ ਪਿਛੜ ਰਹੇ ਹੈ। ਇੰਗਲਿਸ਼ ਵੀ ਪੜ੍ਹਾਉਣਾ ਸਿਵਾਏ ਬੋਝ ਤੋਂ ਕੱਖ ਵੀ ਨਹੀਂ, ਕਿਉਂਕਿ ਚਾਹੇ ਸਾਰੇ ਵਰਲਡ ਦੇ ਵਿੱਚ ਹੈਗੇ ਤਾਂ ਪੰਡਿਤ ਅਤੇ ਭਗਤ ਦੋ ਹੀ ਨੇ, ਉਹ ਵੀ ਪੜ੍ਹਾਉਂਦੇ ਨੇ, ਉਹ ਸ਼ਾਇਦ ਥੋੜ੍ਹਾ ਬਹੁਤ ਪੜ੍ਹਾਉਂਦੇ ਵੀ ਨੇ, ਥੋੜ੍ਹਾ ਕੁ ਜਿਹਾ ਬੱਚੇ ਨੂੰ ਹਲਕਾ ਰੱਖਣ ਦੀ ਕੋਸ਼ਿਸ਼ ਕਰਦੇ ਨੇ। ਸਾਡੇ ਵਾਲਿਆਂ ਨੇ ਜਿਹੜੀ ਇੰਗਲਿਸ਼ ਲਿਆਂਦੀ ਉਹ ਤਾਂ ਬਿਲਕੁਲ ਬੋਝ ਹੈ। ਹੁਣ ਜੇ ਬੱਚੇ ਨੂੰ ਪੜ੍ਹਾਉਣਗੇ ਵੀ ਨਾਈਟ, ਬੱਚੇ ਨੂੰ ਲਿਖਣਗੇ ਬੋਰਡ ਦੇ ਉੱਪਰ, ਟੀਚਰ ਲਿਖੂਗੀ ਨਾਈਟ ਇੰਗਲਿਸ਼ ਪੜ੍ਹਾਉਣੀ ਹੈ ਅਸੀਂ, ਅਤੇ ਹੁਣ ਮੀਨਿੰਗ ਦੱਸੂਗੀ ਰਾਤ, ਨਾਈਟ ਮੀਨਿੰਗ ਰਾਤ। ਸਾਨੂੰ ਵੀਡੀਓਜ਼ ਇਸ ਤਰ੍ਹਾਂ ਦੀਆਂ ਮਿਲਣਗੀਆਂ, ਅਧਿਆਪਕ ਪੜ੍ਹਾ ਰਹੇ ਨੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ।
ਨਾਈਟ ਦਾ ਮਤਲਬ ਹੈ, ਨਾਈਟ ਦਾ ਮਤਲਬ ਰਾਤ ਨਹੀਂ ਹੈ, ਨਾਈਟ ਦਾ ਮਤਲਬ ਹੈ ਨੋ ਲਾਈਟ। ਉਹ ਸਮਾਂ ਜਦੋਂ ਲਾਈਟ ਨਹੀਂ ਹੈ, ਤੁਸੀਂ ਬਾਹਰ ਨਿਕਲ ਕੇ ਦੇਖਦੇ ਹੋ ਵੀ ਚਾਨਣਾ ਨਹੀਂ ਹੈ, ਵੀ ਹੁਣ ਚਾਨਣਾ ਨਹੀਂ ਹੈ, ਫਿਰ ਤੁਸੀਂ ਕਹਿੰਦੇ ਹੋ ਵੀ ਰਾਤ ਹੋ ਗਈ, ਨਾਈਟ ਹੋ ਗਈ ਹੈ, ਨਹੀਂ ਚਾਨਣਾ। ਇਹਦੇ ਅਰਥ ਇਹ ਨੇ, ਨਾਈਟ ਦਾ ਮਤਲਬ ਰਾਤ ਨਹੀਂ। ਸਾਡੇ ਪੜ੍ਹਾਉਣ ਦਾ ਤਰੀਕਾ ਇਸ ਤਰ੍ਹਾਂ ਦਾ, ਉਹਨੂੰ ਦੱਸੋ ਬੱਚੇ ਨੂੰ ਵੀ ਤੂੰ ਬਾਹਰ ਨਿਕਲ ਕੇ ਦੇਖਦਾ ਰਾਤ ਦੇ ਸਮੇਂ ਵੀ ਲਾਈਟ ਨਹੀਂ ਹੈ। ਇਹਦੇ ਵਿੱਚ ਸਮੱਸਿਆ ਬੜੀ ਹੈ ਇਸ ਤਰ੍ਹਾਂ ਦੀ ਪੜ੍ਹਾਈ ਪੜ੍ਹਾਉਣ ਦੇ ਵਿੱਚ। ਹੁਣ ਬੱਚਾ ਸਵਾਲ ਕਰ, ਹੁਣ ਇਹਦੇ ਇੱਕ ਸ਼ਬਦ ਦੇ ਵਿੱਚੋਂ ਦੋ ਨਿਕਲਦੇ ਨੇ, ਨਾਈਟ ਦੇ ਵਿੱਚੋਂ ਦੋ ਸ਼ਬਦ ਨਿਕਲੇ, ਨੋ ਲਾਈਟ। ਹੁਣ ਬੱਚਾ ਇਹ ਹੁਣ ਪੁੱਛ ਸਕਦਾ ਵਾਟ ਇਜ਼ ਲਾਈਟ, ਵੀ ਠੀਕ ਹੈ ਨਾਈਟ ਤਾਂ ਇਹ ਹੈ ਵੀ ਨੋ ਲਾਈਟ, ਫਿਰ ਲਾਈਟ ਕੀ ਹੈ, ਫਿਰ ਲਾਈਟ ਦੇ ਅਰਥ ਕਰੋ। ਇਹਦੇ ਵਿੱਚ ਹਰੇਕ ਸ਼ਬਦ ਦੇ ਵਿੱਚੋਂ ਅੱਗੇ ਦੋ ਦੋ ਅਰਥ ਨਿਕਲੀ ਜਾਣਗੇ। ਇਹ ਹੈ ਲੁੱਕ ਰਾਈਟ, ਲੁੱਕ ਰਾਈਟ। ਲਾਈਟ ਉਹ ਚੀਜ਼ ਹੈ ਜਿਹਦੇ ਨਾਲ ਸਾਨੂੰ ਸਹੀ ਦਿਖਦਾ। ਹੁਣ ਤੁਸੀਂ ਕਿਧਰੇ ਘਰ ਦੇ ਵਿੱਚ ਵੀ ਹੋਵੋ ਅਤੇ ਬੰਦਾ ਕਹਿੰਦਾ ਵੀ ਲਾਈਟ ਜਗਾ, ਮੈਨੂੰ ਠੀਕ ਨਹੀਂ ਦਿਖ ਰਿਹਾ, ਲਾਈਟ ਘੱਟ ਹੈ ਇੱਥੇ। ਲਾਈਟ ਉਹ ਚੀਜ਼ ਹੈ ਜਿਹਦੇ ਵਿੱਚ ਲੁੱਕ ਰਾਈਟ, ਜਿਹਦੇ ਵਿੱਚ ਬਿਲਕੁਲ ਸਹੀ ਦਿਸਦਾ। ਇਹ ਸਹੀ ਤਰੀਕਾ ਹੈ ਬੱਚਿਆਂ ਨੂੰ ਪੜ੍ਹਾਉਣ ਦਾ, ਉਹਨਾਂ ਨੂੰ ਸਮਝਾਉਣ ਦਾ। ਪਰ ਅਜੋਕਾ ਸਮਾਂ, ਸਕੂਲਾਂ ਦੇ ਕੰਪੀਟੀਸ਼ਨ, ਅਧਿਆਪਕਾਂ ਦੀ ਦੌੜ, ਫਸਟ ਪ੍ਰਾਈਜ਼ ਦੇ ਮੈਡਲ, ਉਹ ਸਹੀ ਤਰੀਕੇ ਦੀ ਬਜਾਏ ਸਿਵਾਏ ਰੱਟਾ ਹੀ ਹੁੰਦਾ। ਐਡੀਆਂ ਐਡੀਆਂ ਡੈਫੀਨੇਸ਼ਨਸ ਉਹਨਾਂ ਨੂੰ ਯਾਦ ਕਰਾ ਦਿੰਦੇ ਨੇ, ਵਿੱਚੋਂ ਨਿਕਲਦਾ ਕੱਖ ਵੀ ਨਹੀਂ ਹੈ। ਤੁਸੀਂ ਇੱਕ ਸ਼ਬਦ ਹੈ ਸਾਡੇ ਦੇਸ਼ ਦੇ ਵਿੱਚ ਤਾਂ ਬੜੀ ਪ੍ਰਚਲਿਤ ਗੇਮ ਹੈ, ਕ੍ਰਿਕਟ। ਸੋਲ੍ਹਾਂ ਸੌ ਦੇ ਵਿੱਚ ਆਰੰਭ ਹੋਈ ਇੰਗਲੈਂਡ ਦੇ ਵਿੱਚ, ਅੰਗਰੇਜ਼ ਆਏ ਸਾਡੇ ਦੇਸ਼ ਦੇ ਵਿੱਚ ਤਾਂ ਗਲੀ ਗਲੀ ਮੁਹੱਲਿਆਂ ਮੁਹੱਲਿਆਂ ਦੇ ਵਿੱਚ T20 ਵਰਲਡ ਕੱਪ ਚੱਕੀ ਫਿਰਦੇ ਹੁੰਦੇ ਨੇ ਬੱਚੇ ਬੈਟ। ਇਹਦੀ ਤੁਸੀਂ ਆਕਸਫੋਰਡ ਯੂਨੀਵਰਸਿਟੀ ਦੀ ਜੀ ਡੈਫੀਨੇਸ਼ਨ ਕੱਢ ਕੇ ਦੇਖੋ, ਐਨ ਸਾਰਾ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਭਰ ਜਾਏਗਾ ਲਿਖਦਿਆਂ ਲਿਖਦਿਆਂ। 22 ਪਲੇਅਰਸ, ਟੂ ਟੀਮਸ, ਬੋਲਰ, ਬੈਟਸਮੈਨ, ਲੈਗ ਸਪਿਨ, ਆਫ ਸਪਿਨ, ਪਤਾ ਨਹੀਂ ਕਿੱਥੋਂ ਕਿੱਥੋਂ ਦਾ ਕਰ ਦੇਣਗੇ, ਪਰ ਕ੍ਰਿਕਟ ਨੂੰ ਫਿਰ ਵੀ ਉਹ ਡਿਫਾਈਨ ਨਹੀਂ ਕਰਦੇ। ਹੁਣ ਬੰਦਾ ਯੂਨੀਵਰਸਿਟੀਆਂ ਦੇ ਨਾਮਾਂ ਤੋਂ ਪ੍ਰਭਾਵਿਤ ਹੋ ਜਾਂਦਾ ਵੀ ਆਕਸਫੋਰਡ, ਤੁਸੀਂ ਆਪਣੇ ਆਪ ਫੋਨ ਤੁਹਾਡੇ ਕੋਲ ਨੇ, ਤੁਸੀਂ ਸਰਚ ਮਾਰ ਕੇ ਦੇਖ ਲਿਓ। ਕ੍ਰਿਕਟ ਸ਼ਬਦ ਨੂੰ ਡਿਫਾਈਨ ਨਹੀਂ ਕਰਦੇ, ਕ੍ਰਿਕਟ ਦੇ ਆਲੇ ਦੁਆਲੇ ਜੋ ਘੁੰਮਦਾ ਉਹਨੂੰ ਡਿਫਾਈਨ ਕਰਦੇ ਨੇ, ਉਹ ਸਮਝਾਉਂਦੇ ਨੇ। ਕ੍ਰਿਕਟ ਦੇ ਅਰਥ ਨੇ ਕ੍ਰੈਕ, ਵਿਕਟ, ਵਿਕਟ ਨੂੰ ਤੋੜਨਾ ਹੀ। ਉਹ ਜਿਹੜੀਆਂ ਤਿੰਨ ਵਿਕਟਾਂ ਲੱਗੀਆਂ ਨੇ ਉਹਨੂੰ ਤੋੜਨ, ਇਹ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਕ੍ਰਿਕਟ। ਆਹ ਜਿਹੜਾ ਇਹ ਵਿਕਟ ਦੇ ਵਿੱਚ ਆ ਗਿਆ ਸਾਰਾ, ਆਹ ਵਿਕਟ ਵਾਲੇ ਪਾਸੋਂ ਲਿਆ ICKET, ਅਤੇ CR ਇੱਥੋਂ ਲਿਆ ਕ੍ਰੈਕ ਦੇ ਵਿੱਚੋਂ। ਵਿਕਟ ਨੂੰ ਤੋੜਨਾ ਹੀ ਕ੍ਰਿਕਟ ਹੈ। ਉਹ ਜੇ ਟੁੱਟ ਜਾਏ ਬਸ, ਸਾਰਾ ਜ਼ੋਰ ਤਾਂ ਇਸੇ ਦੇ ਵਿੱਚ ਲੱਗਿਆ ਵੀ ਆਊਟ ਕਰਨਾ। ਫਿਰ ਹੁਣ
ਇਹਦੇ ਵਿੱਚ ਇਹੀ ਇਹਦੀ ਇਹ ਸੌਖਾ ਬੜਾ ਹੈ, ਸਮਝ ਦੇ ਵਿੱਚ ਬੜਾ ਆਉਂਦਾ, ਹਲਕਾ ਬੜਾ ਕਰਦਾ, ਪਰ ਇਹਦੀ ਮੁਸ਼ਕਲ ਇਹ ਹੈ ਹਰੇਕ ਸ਼ਬਦ ਦੇ ਵਿੱਚੋਂ ਅੱਗੋਂ ਦੋ ਸ਼ਬਦ ਨਿਕਲਦੇ ਨੇ। ਹੁਣ ਫਿਰ ਅਗਲਾ ਪੁੱਛ ਸਕਦਾ ਵਟ ਇਜ਼ ਵਿਕਟ, ਹੁਣ ਤੁਸੀਂ ਵਿਕਟ ਵੀ ਕਿਹਾ, ਵਿਕਟ ਹੈ ਵੁਡਨ ਸਟਿਕ ਟੂਗੈਦਰ, ਵੀ ਇਹਨੂੰ ਇਹ ਬਣਿਆ ਇਹਦੇ ਤੋਂ ਵੀ ਲੱਕੜਾਂ ਨੂੰ ਜੋੜ ਕੇ ਰੱਖਿਆ ਹੋਇਆ। ਹੁਣ ਜੇ ਤੁਸੀਂ ਬੈਟ ਵੀ ਦੇਖੋਗੇ ਤਾਂ ਬੈਟ ਉਹ ਹੁਣ ਬੈਟ ਨੂੰ ਵੀ ਡਿਫਾਈਨ ਕਰਨਾ, ਇਹ ਹੈ ਬਾਲ ਹਿੱਟ, ਉਹ ਚੀਜ਼ ਹੈ ਜਿਹਦੇ ਨਾਲ ਬਾਲ ਨੂੰ ਹਿੱਟ ਕੀਤਾ ਜਾਂਦਾ। ਬੀ ਏ ਇੱਥੋਂ ਹੈ, ਟੀ ਇਹਦੇ ਤੋਂ ਹੈ, ਬਾਲ ਹਿੱਟ। ਇੱਕ ਤਰੀਕ ਇਹ ਤਰੀਕੇ ਇਹ ਤਰੀਕਾ ਬੱਚ ਗੁਰੂ ਨਾਨਕ ਸਾਹਿਬ ਆਖਦੇ ਨੇ ਤੂੰ ਅਰਥਾਂ ਦੇ ਨਾਲ ਪੜ੍ਹਾ, ਕੋਈ ਵੀ ਚੀਜ਼ ਪੜ੍ਹਾਉਣੀ ਹੈ ਇਹੀ ਤਰੀਕਾ ਉਹਨਾਂ ਦਾ, ਇਹੀ ਉਹਨਾਂ ਦਾ ਨਜ਼ਰੀਆ ਹੈ। ਉਹਨਾਂ ਨੇ ਦੋ ਬਾਣੀਆਂ ਆਸਾ ਰਾਗ ਦੇ ਵਿੱਚ ਨੇ ਪੱਟੀ ਲਿਖੀ, ਉਹਦੇ ਵਿੱਚ ਬਕਾਇਦਾ 35 ਦਾ ਜ਼ਿਕਰ ਹੈ, ਪਹਿਲੇ ਪਾਤਸ਼ਾਹ ਦੀ ਜਿਹੜੀ ਬਾਣੀ ਹੈ, ਔਰ ਉਹਦੇ ਵਿੱਚ ਕਿਲੇ ਜਿਹੜੀ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਹੈ ਉਹਦੇ ਵਿੱਚ ਸਾਰੇ ਇਸ ਤਰ੍ਹਾਂ ਦੇ ਨਾਲ ਨੇ, ਸੱਸਾ ਹਾਹਾ, ਕੱਕਾ ਕੱਖਾ, ਗੱਗਾ ਗੱਗਾ, ਇਸ ਤਰ੍ਹਾਂ ਦੇ ਨਾਲ ਨੇ। ਅਤੇ ਫਿਰ ਜਿਹੜੀ ਦੂਸਰੀ ਹੈਗੀ ਹੈ ਪੱਟੀ ਲਿਖੀ, ਉਹਦੇ ਵਿੱਚ ਭੁਲਾਵੇਂ ਅੱਖਰ ਨੇ, ਸਿੱਧਾ ਕਰਮ ਨਹੀਂ ਚੱਲਦਾ ਉਹਨਾਂ ਦੇ ਵਿੱਚ, ਹੋ ਸਕਦਾ ਉੜੇ ਤੋਂ ਬਾਅਦ ਕੱਕਾ ਆ ਜਾਏ, ਉਦੋਂ ਬਾਅਦ ਸੱਸਾ ਆ ਜਾਏ, ਈੜੀ ਆ ਜਾਏ, ਇਸ ਤਰ੍ਹਾਂ ਦੇ ਨਾਲ ਆ, ਦੋ ਪੱਟੀਆਂ ਨੇ। ਪੰਜ ਬਾਣੀਆਂ ਕੇਵਲ ਅੱਖਰਾਂ ਦੇ ਉੱਪਰ ਨੇ, ਔਰ ਬੜੀ ਵਿਆਖਿਆ ਉਹ ਹਰੇਕ ਸ਼ਬਦ ਦੀ, ਜਿਹੜਾ ਵੀ ਸ਼ਬਦ ਹੈ ਗੁਰਬਾਣੀ ਨੂੰ ਵੀ ਸਮਝਣ ਦੇ, ਔਰ ਜਿਹੜਿਆਂ ਸਮਿਆਂ ਦੇ ਵਿੱਚ ਆਪਾਂ ਪੜ੍ਹਦੇ ਸੀ, ਅਧਿਆਪਕਾਂ ਦਾ ਕਹਿਣਾ ਇਹ ਸੀ, ਉਦੋਂ ਗਾਈਡਾਂ ਹੁੰਦੀਆਂ ਸੀ, ਉਹ ਕਹਿੰਦੇ ਸੀ ਵੀ ਗਾਈਡਾਂ ਨਹੀਂ ਦੇਖਣੀਆਂ ਤੁਸੀਂ, ਗਾਈਡਾਂ ਦੇ ਮਗਰ ਸਵਾਲ ਲਿਖੇ ਨੇ। ਪਰ ਤੁਸੀਂ ਅਗਰ ਗਾਈਡਾਂ ਵੀ ਲੈ ਕੇ ਬੈਠ ਜਾਓ, ਸਟੀਕ ਵੀ ਲੈ ਕੇ ਬੈਠ ਜਾਓ, ਇਹ ਨਹੀਂ ਕਿ ਸਟੀਕ ਗਲਤ ਨੇ, ਪ੍ਰੋਫੈਸਰ ਸਾਹਿਬ ਸਿੰਘ ਬੜੇ ਸਟੀਕ ਨੇ, ਜਪਜੀ ਸਾਹਿਬ ਦੇ ਗੁਰਬਾਣੀ ਦੇ ਬੜੇ ਸਟੀਕ ਨੇ, ਸਟੀਕਾਂ ਦੇ ਰਾਹੀਂ ਵੀ ਤੁਸੀਂ ਸਹੀ ਜਵਾਬ ਨਹੀਂ ਦੇ ਪਾਓਗੇ, ਇਹ ਨਹੀਂ ਕਿ ਸਟੀਕਾਂ ਦੇ ਵਿੱਚ ਅਰਥ ਨਹੀਂ ਨੇ, ਪਰ ਤੁਹਾਡੇ ਹਰੇਕ ਮਨੁੱਖ ਦੇ ਕੀਤੇ ਹੋਏ ਸਟੀਕ ਦੇ ਉੱਤੇ ਸਵਾਲ ਹੋ ਸਕਦਾ, ਸਵਾਲ ਖੜਾ ਕਰ ਸਕਦਾ। ਹੁਣ ਤੁਸੀਂ 22ਵੀਂ ਪੌੜੀ ਅਗਰ ਜਪਜੀ ਸਾਹਿਬ ਦੀ ਦੇਖੋ, ਉੱਥੇ ਹੈ ਓੜਕ, ਮੈਂ ਇੱਕ ਪੰਜਾਬੀ ਦੇ ਸ਼ਬਦ ਦੀ ਤੁਹਾਨੂੰ ਅਰਥ ਦੱਸ ਰਿਹਾ, ਓੜਕ ਓੜਕ ਭਾਲ ਥੱਕੇ, ਸਿੱਖ ਜਗਤ ਰੋਜ਼ ਪੜ੍ਹਦਾ ਇਸ ਨੂੰ, ਜਪਜੀ ਸਾਹਿਬ ਦੀ 22ਵੀਂ ਪੌੜੀ ਹੈ, ਭਾਲ ਥੱਕੇ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਆਰੰਭ ਇਸ ਤਰ੍ਹਾਂ ਦੇ ਨਾਲ ਹੈ, ਓੜਕ ਓੜਕ ਭਾਲ ਥੱਕੇ। ਹੁਣ ਇਹਦੇ ਤੁਸੀਂ ਓੜਕ ਦੇ ਅਰਥ ਜੇ ਤੁਸੀਂ ਬਾਕੀ ਗ੍ਰੰਥਾਂ ਦੇ ਵਿੱਚ ਦੇਖੋਗੇ ਤਾਂ ਤੁਹਾਨੂੰ ਅਰਥ ਮਿਲਣਗੇ ਅਖੀਰ, ਜਾਂ ਫਿਰ ਅਰਥ ਮਿਲਣਗੇ ਅੰਤ, ਔਰ ਤੁਸੀਂ ਯਾਦ ਵੀ ਕਰ ਲਿਆਉਣੇ ਆ ਵੀ ਇਹਦੇ ਅਰਥ ਤਾਂ ਇਹੀ ਨੇ, ਜਾਂ ਅਖੀਰ ਜਾਂ ਅੰਤ, ਤੁਸੀਂ ਬੱਚਿਆਂ ਨੂੰ ਪੜ੍ਹਾਉਣ ਵੀ ਚਲੇ ਗਏ, ਤੁਸੀਂ ਉਹਨਾਂ ਨੇ ਜਪਜੀ ਸਾਹਿਬ ਦੀਆਂ ਹੁਣ 550 ਸਾਲਾਂ ਚੱਲ ਰਿਹਾ ਜਪਜੀ ਸਾਹਿਬ ਦੇ ਪਾਠ ਨੇ, ਜਪਜੀ ਸਾਹਿਬ ਦੇ ਅਰਥ ਸਮਝਾ ਰਹੇ ਹੈ, ਔਰ ਬੱਚਾ ਇਹ ਕਹੇ, ਤੁਸੀਂ ਉਹਨੂੰ ਕਹੋ ਵੀ ਓੜਕ ਦੇ ਅਰਥ ਨੇ ਅੰਤ ਅਖੀਰ, ਔਰ ਹੋ ਸਕਦਾ ਗੁਰੂ ਨਾਨਕ ਸਾਹਿਬ ਦੀ ਤਰ੍ਹਾਂ ਕੋਈ ਇਸ ਤਰ੍ਹਾਂ ਦੀ ਇੰਨੀ
ਤੀਕਸ਼ਣ ਬੁੱਧੀ ਵਾਲਾ ਇੰਨੀ ਅੰਦਰੋਂ ਜਗਿਆ ਹੋਇਆ ਬੱਚਾ ਹੋਵੇ ਤੁਹਾਡੇ ਤੇ ਸਵਾਲ ਕਰ ਦੇਵੇ ਵੀ ਜੇ ਇਹਦਾ ਅਰਥ ਅਖੀਰ ਹੀ ਹੈ ਤੇ ਫਿਰ ਗੁਰੂ ਨਾਨਕ ਸਾਹਿਬ ਨੇ ਇਹ ਕਿਉਂ ਨਹੀਂ ਲਿਖਿਆ ਵੀ ਅਖੀਰ ਅਖੀਰ ਭਾਲ ਸਕੇ, ਜਾਂ ਫਿਰ ਗੁਰੂ ਨਾਨਕ ਸਾਹਿਬ ਨੇ ਇਹ ਕਿਉਂ ਨਹੀਂ ਲਿਖਿਆ ਵੀ ਅੰਤ ਅੰਤ ਭਾਲ ਥੱਕੇ। ਇਹ ਨਹੀਂ ਕਿ ਇਹ ਅਰਥ ਗਲਤ ਨੇ, ਪਰ ਇਹ ਵੀ ਨਹੀਂ ਕਿ ਇਹ ਅਰਥ ਪੂਰੇ ਠੀਕ ਨੇ। ਕਹਿ ਸਕਦਾ ਬੱਚਾ ਵੀ ਜੇ ਇਹਦੇ ਅਰਥ ਇਹੀ ਨੇ ਤੇ ਫਿਰ ਉਹਨਾਂ ਨੇ ਲਿਖਿਆ ਕਿਉਂ ਨਹੀਂ ਵੀ ਅਖੀਰ ਅਖੀਰ ਭਾਲ ਥੱਕੇ ਜਾਂ ਅੰਤ ਅੰਤ ਭਾਲ ਥੱਕੇ। ਇਸ ਸ਼ਬਦ ਦੇ ਅਰਥ ਨੇ, ਓੜਕ ਦੇ ਅਰਥ ਨੇ, ਓੜਕ ਇਹਦੇ ਅਰਥ ਨੇ ਊੜੇ ਤੋਂ ਲੈ ਕੇ ਰਾੜੇ ਤੱਕ, ਓੜਕ ਰਾੜੇ ਤੱਕ ਇਹ ਸ਼ਬਦ ਨੇ, ਓੜਕ ਦੇ ਅਰਥ ਇਹ ਨੇ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਲੱਖਾਂ ਹੀ ਪਾਤਾਲ ਨੇ, ਲੱਖਾਂ ਹੀ ਆਕਾਸ਼ ਨੇ। ਓੜਕ ਊੜੇ ਜਿਵੇਂ ਜਿਹੜੀ 35 ਹੈ ਗੁਰਮੁਖੀ ਹੈ ਉਹ 35 ਅੱਖਰ ਨੇ, ਊੜੇ ਤੋਂ ਆਰੰਭ ਹੈ ਅਤੇ ਡਾੜੇ 'ਤੇ ਜਾ ਕੇ ਖਤਮ ਹੋ ਜਾਂਦੀ ਹੈ। ਜਿੰਨੇ ਵੀ ਅੱਜ ਤੱਕ ਮਨੁੱਖ ਹੋਏ ਨੇ ਇਸ ਮੁਲਕ ਦੇ ਵਿੱਚ, ਖਾਸ ਕਰਕੇ ਚਾਹੇ ਸਨਾਤਨੀ ਨੇ, ਜੈਨੀ ਨੇ, ਬੋਧੀ ਨੇ, ਔਰ ਬਾਕੀ ਮੁਲਕਾਂ ਦੇ ਵਿੱਚ ਵੀ, ਬਾਕੀ ਮਤਾਂ ਦੇ ਵਿੱਚ ਵੀ, ਸਾਰਿਆਂ ਨੂੰ ਸ੍ਰਿਸ਼ਟੀ ਦੇ ਆਦਿ ਦੇ ਸ਼ਬਦ ਦਾ ਤਾਂ ਪਤਾ ਹੈ, ਚਾਹੇ ਉਹ ਵੱਖ ਵੱਖ ਨੇ। ਜਿਵੇਂ ਦੀ ਈਸਾ ਕਹਿੰਦੇ ਨੇ ਲਗੋਸ ਆਖਿਆ, ਉਹਨਾਂ ਦੇ ਲਗੋਸ ਹੈ। ਹੁਣ ਸਾਡੇ ਜਿਵੇਂ ਦੀ ਸਨਾਤਨ ਮਤ ਕਹਿੰਦਾ ਓਮ ਆਖਿਆ, ਮਹਾਰਾਜ ਕਹਿੰਦੇ ਨੇ ਓਅੰਕਾਰ ਆਖਿਆ, ਊੜੇ ਤੋਂ ਆਰੰਭ ਹੋਈ ਸ੍ਰਿਸ਼ਟੀ, ਊੜੇ ਦੇ ਧੁਨ ਦੇ ਨਾਲ ਆਰੰਭ ਹੋਈ। ਮਹਾਰਾਜ ਇੱਥੇ ਸਮਝਾ ਰਹੇ ਨੇ 22ਵੀਂ ਪੌੜੀ ਦੇ ਵਿੱਚ ਵੀ ਉਹ ਰਾੜਾ ਲੱਭ ਰਹੇ ਸੀ। ਗੁਰਮੁਖੀ ਦਾ 35 ਦਾ ਤਾਂ ਸਮਾਪਤੀ ਆ ਗਈ, ਰਾੜੇ ਦੇ ਉੱਪਰ 35 ਪੂਰੀ ਹੋ ਗਈ, ਪਰ ਸ੍ਰਿਸ਼ਟੀ ਦਾ ਰਾੜਾ ਉਹਨਾਂ ਨੂੰ ਕਿਧਰੇ ਵੀ ਨਹੀਂ ਲੱਭਿਆ। ਬੜਾ ਯਤਨ ਕੀਤਾ ਉਹਨਾਂ ਨੇ ਇਸ ਚੀਜ਼ ਨੂੰ ਲੱਭਣ ਦਾ ਵੀ ਸ੍ਰਿਸ਼ਟੀ ਦਾ ਅੰਤ ਲੱਭ ਲਈਏ, ਬਣਾਈ ਹੋਈ ਕੁਦਰਤ ਦਾ ਅੰਤ ਲੱਭ ਲਈਏ, ਪਰ ਇਹ ਉਹਨਾਂ ਨੂੰ ਕਿਧਰੇ ਵੀ ਨਹੀਂ ਮਿਲਿਆ। ਇਹਦਾ ਗੁਰਬਾਣੀ ਦੇ ਵਿੱਚ ਬਕਾਇਦਾ ਜ਼ਿਕਰ ਹੈ, ਨਾਲ ਕੁਟੰਬ ਸਾਥ ਵਰ ਦਾਤਾ, ਬ੍ਰਹਮਾ ਪਾਲਣ ਸ੍ਰੇਸ਼ਟ ਗਿਆ, ਆ ਗਏ ਅੰਤ ਨਾ ਪਾਇਓ ਤਾਕਾ, ਕੰਸ ਛੇਦ ਕਿਆ ਵੱਡਾ ਪਾਇਆ। ਵੀ ਸਨਾਤਨ ਮਤ ਦੇ ਗ੍ਰੰਥਾਂ ਦੇ ਵਿੱਚ ਜ਼ਿਕਰ ਹੈ ਵੀ ਉਹ ਤਿੰਨ ਦੇਵਤੇ ਮੰਨਦੇ ਨੇ, ਉਹਨਾਂ ਦੇ ਮੁਤਾਬਕ ਵਿਆਖਿਆ ਵੀ ਉਹਨਾਂ ਨੇ ਸ੍ਰਿਸ਼ਟੀ ਦਾ ਅੰਤ ਲੱਭਣ ਦਾ ਬੜਾ ਜ਼ਿਕਰ ਯਤਨ ਕੀਤਾ। ਆਗੈ ਅੰਤ ਨਾ ਪਾਇਓ ਤਾਕਾ, ਕੰਸ ਛੇਦ ਕਿਆ ਵੱਡਾ ਪਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਪੰਕਤੀਆਂ ਨੇ ਆਸਾ ਰਾਗ ਦੇ ਵਿੱਚ, ਨੇਤ ਨੇਤ ਕਥੰਤ ਵੇਦਾ, ਇਹਦੇ ਅਰਥ ਵੀ ਇਹੀ ਨੇ, ਨੇਤ ਨੇਤ ਕਥੰਤ ਵੇਦਾ। ਨੇਤ ਨੇਤ ਕਥੰਤ ਵੇਦਾ ਵੀ ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ, ਅੰਤ ਮਿਲਿਆ ਹੀ ਨਹੀਂ। ਹੁਣ ਓੜਕ ਦੇ ਅਰਥ ਨੇ ਊੜੇ ਤੋਂ ਲੈ ਕੇ ਡਾੜੇ ਤੱਕ, ਇਹ ਓੜਕ ਦੇ ਅਰਥ ਨੇ। ਹੁਣ ਤੁਸੀਂ ਇਸ ਤਰ੍ਹਾਂ ਦੇ ਨਾਲ ਹੀ ਜੇ ਤੁਸੀਂ ਜਪਜੀ ਸਾਹਿਬ ਦੇਖੋਗੇ, ਉਹਦੀ ਸ਼ੈਲੀ ਨੂੰ ਦੇਖੋਗੇ, ਇਹ ਸਾਰੀ ਜਿਵੇਂ ਦੀ ਓੜਕ ਦਾ ਐਂ, ਫਿਰ ਸ਼ਬਦ ਹੈ ਤੀਰਥ, ਤੀਰਥ ਤਪ ਦਇਆ ਦੱਤ ਦਾਨ, ਦਇਆ ਦੱਤ ਦਾਨ ਪੜ੍ਹਦੇ ਹਾਂ ਤੁਸੀਂ ਰੋਜ਼,
ਹੁਣ ਦੱਤ ਸ਼ਬਦ ਦੇ ਜੇ ਤੁਸੀਂ ਅਰਥ ਲੱਭਣ ਜਾਓਗੇ ਜਾਂ ਤਾਂ ਅਰਥ ਕਿਰਿਆ ਸ਼ੈਲੀ ਦੇ ਨਾਲ ਨੇ ਜਾਂ ਅਰਥ ਸੰਖੇਪ, ਇਹ ਸੰਖੇਪ ਸ਼ੈਲੀ ਦਾ ਸ਼ਬਦ ਹੈ। ਹੁਣ ਅਸੀਂ ਤਾਂ ਸੰਖੇਪ ਸ਼ੈਲੀ ਦਾ ਮਤਲਬ ਹੈ ਵੀ ਉਹਨੂੰ ਸੰਖੇਪ ਕਰਕੇ ਲਿਖਿਆ ਗਿਆ, ਤੀਰਥ ਤਪ ਦਇਆ ਦੱਤ ਦਾਨ ਜੇ ਕੋ ਪਾਵੈ ਤਿਲਕਾ ਮਾਨ। ਹੁਣ ਇਹਦੇ ਅਰਥ ਤੁਸੀਂ ਲੱਭੋਗੇ ਤੁਸੀਂ ਉਂਝ ਲੱਭ ਹੀ ਨਹੀਂ ਸਕਦੇ, ਇਹਦੇ ਅਰਥ ਨੇ ਦਿੱਤਾ। ਇਹ ਨਹੀਂ ਕਿ ਸ਼ਬਦ ਅਸੀਂ ਨਹੀਂ ਵਰਤਦੇ, ਅਸੀਂ ਵਰਤਦੇ ਹਾਂ ਦਿੱਤਾ, ਤੀਰਥਾਂ ਦੇ ਉੱਪਰ ਤਪ ਕਰਨਾ, ਦਇਆ ਦੇ ਕਰਕੇ ਦਿੱਤਾ ਹੋਇਆ ਦਾਨ ਜੇ ਕੋ ਪਾਵੈ ਤਿਲਕਾ ਮਾਨ, ਦੱਤ ਦਿੱਤਾ। ਇਸ ਤਰ੍ਹਾਂ ਦੇ ਨਾਲ ਕਿਰਿਆ ਸ਼ੈਲੀ ਹੈ, ਸੰਖੇਪ ਸ਼ੈਲੀ ਹੈ। ਹੁਣ ਜੇ ਵਡ ਆਪ, ਜੇ ਵਡ ਇਹਦਾ ਅਰਥ ਹੈ ਜਿੰਨਾ ਵੱਡਾ, ਇਹ ਦੋ ਸ਼ਬਦਾਂ ਦਾ ਸੰਖੇਪ ਹੈ, ਜਿੰਨਾ ਵੱਡਾ ਜੇ ਵਡ ਤੇ ਵਡ ਤਿੰਨਾ ਵੱਡਾ, ਤਿੰਨੀ ਵੱਡੀ, ਤਿੰਨੀ ਵੱਡੀ ਉਹਦੀ ਦਾਤ ਹੈ। ਜੇ ਵਡ ਆਪ ਤੇ ਵਡ ਤੇਰੀ ਦਾਤ, ਜੇ ਵਡ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ। ਉਹਨਾਂ ਸ਼ਬਦਾਂ ਨੂੰ ਖੋਲ੍ਹ ਕੇ ਪੜ੍ਹਨਾ, ਕਿਰਿਆ ਦੇ ਨਾਲ ਪੜ੍ਹਨਾ, ਇਹਦੇ ਇਹ ਸ਼ਬਦ ਇਸ ਤਰ੍ਹਾਂ ਦੇ ਨੇ। ਇਹਦੇ ਵਾਸਤੇ ਜੇ ਤੁਸੀਂ ਇਸ ਤਰ੍ਹਾਂ ਦੇ ਨਾਲ ਸਮਝੋ ਤਾਂ ਨਾ ਤਾਂ ਬੱਚੇ ਨੂੰ ਕਾਪੀ ਦੀ ਲੋੜ ਹੈ। ਔਰ ਮਹਾਰਾਜ ਆਖਦੇ ਵੀ ਨੇ ਵੀ ਕਲੋ ਮਸਾਜ ਨੇ ਕਿਹਾ ਸਦਾਈ ਹੈ ਹਿਰਦੈ ਹੀ ਲਿਖ ਲੇ ਹੋ। ਪਰ ਇਹਦੇ ਵਾਸਤੇ ਪੜ੍ਹਾਉਣ ਵਾਲਾ ਵੀ ਇਸ ਤਰ੍ਹਾਂ ਦਾ ਹੋਵੇ ਅਤੇ ਪੜ੍ਹਨ ਵਾਲਾ, ਅਗਰ ਪੜ੍ਹਾਉਣ ਵਾਲਾ ਇਸ ਤਰੀਕੇ ਦੇ ਨਾਲ ਪੜ੍ਹਾ ਰਿਹਾ ਹੈ ਅਤੇ ਕਾਪੀਆਂ ਵੀ ਭਰਨ ਦੀ ਲੋੜ ਨਹੀਂ ਹੈ, ਉਹਦੇ ਹਿਰਦੇ 'ਤੇ ਹੀ ਲਿਖਿਆ ਜਾ ਰਿਹਾ, ਉਹਨੂੰ ਸਮਝਾਇਆ ਜਾ ਰਿਹਾ, ਬੁਝਾਇਆ ਜਾ ਰਿਹਾ, ਇਹ ਬੱਚਾ ਭੁੱਲੇਗਾ ਨਹੀਂ। ਨਹੀਂ ਤਾਂ ਬੱਚੇ ਦੇ ਉੱਪਰ ਬੋਝ ਹੈ, ਬੋਝ ਰੱਖ ਦੇਣਾ। ਇਸ ਤਰ੍ਹਾਂ ਦੇ ਨਾਲ ਹਰੇਕ ਸ਼ਬਦ, ਹਰੇਕ ਅੱਖਰ ਕਿਵ ਸਚਿਆਰਾ ਹੋਈ ਹੈ, ਜੇ ਤੁਸੀਂ ਸ਼ੁਰੂ ਦੇ ਵਿੱਚ ਵੀ ਪੜ੍ਹੋ ਉਹਨਾਂ ਨੇ ਕਿਵ ਲਿਖਿਆ, ਕਿਵ ਕੂੜਾ ਟੁੱਟਾ ਪਾਲ, ਦੋ ਅਗਲੀ ਵਾਰੀ ਫਿਰ ਕਿਵ ਆਉਂਦਾ। ਅਸੀਂ ਜਿਹੜਾ ਸ਼ਬਦ ਵਰਤਦੇ ਹਾਂ ਅਸੀਂ ਵਰਤਦੇ ਹਾਂ ਕਿਵੇਂ, ਸਾਨੂੰ ਉੱਥੇ ਸਮਝਣ ਵਾਸਤੇ ਇਹੀ ਹੈ ਵੀ ਇਹ ਸੰਖੇਪ ਸ਼ੈਲੀ ਹੈ, ਇਹਦੇ ਉੱਤੇ ਤੁਹਾਨੂੰ ਬਿੰਦੀ ਲਾਉਣੀ ਪਵੇਗੀ, ਤਾਂ ਜਾ ਕਰਕੇ ਇਹਦੇ ਜਿਹੜੇ ਅਰਥ ਨੇ ਤੁਹਾਨੂੰ ਆਪਦੇ ਆਪ ਦੇ ਵਿੱਚ ਸਮਝਣ ਵਾਸਤੇ ਬਿੰਦੀ ਲਾ ਕੇ ਵੀ ਇਹ ਅਸੀਂ ਵਰਤਦੇ ਹਾਂ ਕਿਵੇਂ, ਉਹ ਵਰਤਦੇ ਨੇ ਕਿਵ। ਇਸ ਤਰ੍ਹਾਂ ਦੇ ਨਾਲ ਸਾਰੇ ਸ਼ਬਦ ਨੇ ਉਹਨਾਂ ਦੀਆਂ ਬਕਾਇਦਾ ਕਿਰਿਆਵਾਂ ਨੇ, ਕਿਰਿਆਵਾਂ ਦੇ ਨਾਲ ਸਮਝਿਆ ਹੋਇਆ ਸ਼ਬਦ ਉਹ ਕਦੇ ਵੀ ਨਹੀਂ ਭੁੱਲਦਾ, ਉਹ ਬੱਚੇ ਨੂੰ ਹਲਕਾ ਕਰਦਾ। ਚਾਹੇ ਕਿਸੇ ਵੀ ਭਾਸ਼ਾ ਦੇ ਵਿੱਚ ਪੜ੍ਹਾਈਏ, ਉਹਨੂੰ ਕਿਰਿਆ ਦੇ ਨਾਲ ਪੜ੍ਹਾ, ਉਹਨੂੰ ਪੂਰੇ ਸਹੀ ਤਰੀਕੇ ਦੇ ਨਾਲ ਪੜ੍ਹਾ। ਜੇ ਤੁਸੀਂ ਅੰਗਰੇਜ਼ੀ ਵੀ ਪੜ੍ਹਾਉਣੀ ਹੈ ਤੁਸੀਂ ਵੀਜ਼ਾ ਪੜ੍ਹਾ ਦਿਓਗੇ ਬੱਚੇ ਨੂੰ, ਪਰ ਇਹ ਪੂਰਾ ਸ਼ਬਦ ਹੈ ਵੇਸਟਿੰਗ ਅਥਾਰਟੀ, ਵੀਜ਼ਾ ਇਹ ਨਾ ਪੜ੍ਹਾ ਇਕੱਲਾ ਵੀਜ਼ਾ, ਇਹ ਜਿਹੜਾ ਹੈ ਅਥਾਰਟੀ ਦੇ ਨਾਲ ਹੈ। ਵੀ ਇਸ ਸ਼ਬਦ 'ਤੇ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ, ਇੱਥੋਂ ਇਹ ਲਿਆ, ਇੱਥੋਂ ਉਹਨਾਂ ਨੇ ਇਹ ਲਿਆ, ਵੀ ਉਹਦੇ ਕੋਲ ਪਰਮਿਸ਼ਨ ਹੈ ਘੁੰਮਣ ਫਿਰਨ ਦੀ, ਬੱਚੇ ਬਾਹਰ ਜਾ ਰਹੇ ਨੇ। ਕੋਈ ਵੀ ਸ਼ਬਦ ਹੈ ਪੜ੍ਹਾਈ, ਮਹਾਰਾਜ
ਗੋਪਾਲ ਪਾਂਧੇ ਨੂੰ ਤਿੰਨ ਉਸਤਾਦ ਨੇ ਉਹਨਾਂ ਦੇ, ਤਿੰਨਾਂ ਨੂੰ ਇਹੀ ਆਖਦੇ ਨੇ ਔਰ ਤਿੰਨਾਂ ਦੇ ਰਾਹੀਂ ਉਹ ਸਾਰਿਆਂ ਜਗਤ ਦੇ ਉਸਤਾਦਾਂ ਨੂੰ ਪੜ੍ਹਾਉਣ ਵਾਲਿਆਂ ਨੂੰ ਇਹ ਆਖਦੇ ਨੇ ਵੀ ਤੁਸੀਂ ਇਸ ਤਰ੍ਹਾਂ ਦੇ ਨਾਲ ਪੜ੍ਹਾਓ। ਇਸ ਵਾਸਤੇ ਸਾਡੀ ਉਹਨਾਂ ਦੇ ਨਜ਼ਰੀਏ ਨੂੰ ਸਿੱਖ ਜਗਤ ਦੀ ਪ੍ਰਚਾਰਨ ਦੀ ਇਹ ਕਿਰਿਆ ਹੋਣੀ ਚਾਹੀਦੀ ਹੈ ਵੀ ਅਸੀਂ ਵੀ ਗੁਰੂ ਸਾਹਿਬ ਦੇ ਤਰੀਕੇ ਦੇ ਨਾਲ ਪੜ੍ਹਾਈਏ, ਬੱਚਿਆਂ ਦਾ ਰੁਝਾਨ ਬਣੇ, ਰੁਚੀ ਬਣੇ ਪੜ੍ਹਨ ਦੀ ਤਰਫ, ਉਹ ਅੱਗੇ ਔਰ ਵੱਧ ਤੋਂ ਵੱਧ ਸੌਖੇ ਤੋਂ ਸੌਖਾ, ਜਿੰਨਾ ਸੌਖੇ ਤੋਂ ਸੌਖਾ ਪੜ੍ਹਾਈਏ ਉਨਾ ਬੱਚੇ ਦੇ ਦਿਮਾਗ ਦਾ ਵਿਕਾਸ ਹੁੰਦਾ। ਜਿੰਨਾ ਉਹਨੂੰ ਸੰਖੇਪ ਪੜ੍ਹਾਈਏ, ਬਸ ਦਾ ਰੱਟਾ ਲਵਾਈਏ, ਉਨਾ ਉਹਦੇ ਦਿਮਾਗ 'ਤੇ ਬੋਝ ਪੈਂਦਾ। ਸਾਢੇ 500 ਸਾਲਾਂ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਹਾਂ, ਜਗ੍ਹਾ ਜਗ੍ਹਾ 'ਤੇ ਜਪ ਕਰਦੇ ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਦੇ ਅਨੁਸਾਰ, ਬੱਚਿਆਂ ਨੂੰ ਪੜ੍ਹਾਉਂਦੇ ਹਾਂ ਅਸੀਂ ਗੁਰੂ ਸਾਹਿਬ ਦੇ ਪੜ੍ਹਾਈ ਦੇ ਤਰੀਕੇ ਨੂੰ ਵੀ, ਜਗਤ ਦੇ ਆਪਣੇ ਬੱਚਿਆਂ ਨੂੰ ਵੀ ਪੜ੍ਹਾਈਏ, ਜਗਤ ਦੇ ਹੋਰਨਾਂ ਨੂੰ ਵੀ ਵੰਡੀਏ, ਤਾਂ ਕਿ ਮਨੁੱਖਾਂ ਦੇ ਅੰਦਰ ਵਿੱਦਿਆ ਦੇ ਪ੍ਰਤੀ ਰੁਝਾਨ, ਵਿੱਦਿਆ ਦੇ ਪੜ੍ਹ ਕੇ ਉਹ ਨਿਰਹੰਕਾਰੀ ਹੋਣ, ਹੌਲੇ ਹੋਣ ਔਰ ਉਹਨਾਂ ਦੇ ਅੰਦਰ ਵੱਧ ਤੋਂ ਵੱਧ ਪੜ੍ਹਨ ਦੀ ਰੁਚੀ ਬਣੇ। ਇਤਨੀ ਤੁਹਾਡੇ ਅੱਗੇ ਰੱਖੀਆਂ ਨੇ, ਉਮੀਦ ਹੈ ਅੱਗੇ ਤੋਂ ਵੀ ਅਨੇਕਾਂ ਹਜ਼ਾਰਾਂ ਐਸੇ ਸ਼ਬਦ ਨੇ ਜਿਨ੍ਹਾਂ ਦੇ ਜਿਹੜੀ ਸੰਖੇਪ ਸ਼ੈਲੀ ਹੈ, ਕਿਰਿਆ ਸ਼ੈਲੀ ਹੈ, ਵਿਪਰੀਤ ਸ਼ੈਲੀ ਹੈ, ਉਹ ਅਸੀਂ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕਰਾਂਗੇ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਤੁਹਾਡੇ ਵਾਸਤੇ ਸ਼ੁਭਕਾਮਨਾਵਾਂ ਕਰਦੇ ਹਾਂ, ਤੁਹਾਡੇ ਸੁੱਖਾਂ ਦੀ ਗੁਰੂ ਚਰਨਾਂ ਦੇ ਅੱਗੇ ਅਰਦਾਸ ਕਰਦੇ ਹਾਂ, ਤੁਹਾਡੇ ਤੋਂ ਖਿਮਾ ਦੇ ਜਾਚਕ ਹੁੰਦੇ ਹਾਂ। ਛੇਤੀ ਅਸੀਂ ਹੋਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।